ਸਤਿਕਾਰ ਜੀ, ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂਰ, ਜਾਨਾ ਲੋਕ ਨਾਥ ਟੀਵੀ ਦਾ ਵਿਸ਼ੇਸ਼ ਪ੍ਰੋਗਰਾਮ ਖਬਰ ਸਵੇਰ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਪ੍ਰੋਗਰਾਮ ਦੇ ਵਿੱਚ ਲੈ ਕੇ ਹਾਜ਼ਰ ਹਾਂ ਪੰਜਾਬ ਅਤੇ ਭਾਰਤ ਦੀ ਸਿਆਸਤ ਦੇ ਨਾਲ ਜੁੜੀਆਂ ਕੁਝ ਵੱਡੀਆਂ ਅਤੇ ਅਹਿਮ ਖਬਰਾਂ। ਸਭ ਤੋਂ ਪਹਿਲਾਂ ਜਿਹੜੀ ਗੱਲਬਾਤ ਉਹ ਕਰਾਂਗੇ ਕਿ ਪੰਜਾਬ ਦੇ ਵਿੱਚ ਰਾਸ਼ਟਰਪਤੀ ਰਾਜ ਦੀ ਚਰਚਾ ਹੋ ਗਈ ਹੈ, ਲਿਖਤੀ ਤੌਰ ਤੇ ਜਿਹੜਾ ਗਵਰਨਰ ਨੂੰ ਦਿੱਤਾ ਗਿਆ, ਕੀਨੇ ਕਿਉਂ, ਤੇ ਨਾਲ ਹੀ ਨਾਲ ਗੱਲਬਾਤ ਇਹ ਵੀ ਕਿ ਬਾਕੀ ਰਾਸ਼ਟਰਪਤੀ ਰਾਜ ਲੱਗੇਗਾ ਤੇ ਪੰਜਾਬ ਦੇ ਮੌਜੂਦਾ ਕਾਨੂੰਨ ਵਿਵਸਥਾ ਜਿਹੜੀ ਹੈ ਉਹ ਕਿੱਥੇ ਕਿ ਜੇ ਖੜ ਗਈ ਹੈ। ਕੱਲ ਇੱਕ ਵੱਡੀ ਫੇਰ ਘਟਨਾ ਵਾਪਰ ਗਈ, ਕੀ ਉਹਦੇ ਵਿੱਚ ਸਰਕਾਰ ਦਾ ਕੀ ਕਸੂਰ, ਗੱਲਬਾਤ ਜਿਹੜੀ ਆ ਉਸ ਤੇ ਕਰਾਂਗੇ। ਤਾਂ ਉਧਰ ਜਿਹੜੀ ਕੋਟਕਪੂਰਾ SIT ਨੂੰ ਲੈ ਕੇ ਜਿਹੜੇ ਕੁੰਵਰ ਵਿਜੇ ਪ੍ਰਤਾਪ ਅਤੇ CM ਭਗਵੰਤ ਮਾਨ ਇੱਕ ਵਾਰ ਫਿਰ ਜਿਹੜੇ ਆਮੋ ਸਾਹਮਣੇ ਦਿਖੇ ਨੇ, ਤਾਂ ਇਸ ਵਿਸ਼ੇ ਤੇ ਵੀ ਜਿਹੜੀ ਆ ਪੂਰਨ ਤਰੀਕੇ ਦੇ ਨਾਲ ਗੱਲਬਾਤ ਜਿਹੜੀ ਆ ਕਰਾਂਗੇ। ਤਾਂ ਉਧਰ ਜੋ ਕੁਝ ਵਿਧਾਨ ਸਭਾ ਦੇ ਵਿੱਚ ਹੋਇਆ ਤੇ ED ਵੱਲੋਂ ਸਿਸੋਦੀਆ ਦੇ ਨਾਲ ਜਿਹੜੀ ਜੇਲ੍ਹ ਦੇ ਵਿੱਚ ਪੁੱਛਗਿੱਛ ਕੀਤੀ ਗਈ ਹੈ, ਤੇ ਉਸ ਮਸਲੇ ਦੇ ਵਿੱਚ ਵੀ ਪੰਜਾਬ ਦੇ ਵਾਲੇ ਪਾਸੇ ਵਧਣ ਨੂੰ ਜਿਹੜੀ ਆ ਗੱਲ ਕੀਤੀ ਜਾ ਰਹੀ ਹੈ। ਕੌਣ ਇਹ ਗੱਲ ਕਰ ਰਿਹਾ, ਗੱਲਬਾਤ ਇਸ ਤੇ ਵੀ ਕਰਨੀ ਹੈ। ਉਧਰ ਕੈਪਟਨ ਅਮਰਿੰਦਰ ਸਿੰਘ ਦੇ ਉੱਤੇ ਵੀ ਜਿਹੜਾ ਉਹ ਸ਼ਿਕੰਜਾ ਕੱਸਣ ਦੀ ਕੋਸ਼ਿਸ਼ ਲੱਗ ਰਹੀ ਹੈ ਭਗਵੰਤ ਮਾਨ ਦੀ, ਕਿਵੇਂ ਕੀ ਕੁਝ ਹੁਣ ਨਵਾਂ ਹੋ ਰਿਹਾ, ਗੱਲਬਾਤ ਉਸ ਤੇ ਕਰਾਂਗੇ। ਸਾਰੀਆਂ ਖਬਰਾਂ ਤੇ ਵਿਸਥਾਰ ਪੂਰਵਕ ਚਰਚਾ ਦੇ ਲਈ ਮੇਰੇ ਨਾਲ ਜੁੜੇ ਹੈ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਅਣਖੀ ਸਾਹਿਬ, ਸਵਾਗਤ ਹੈ ਜੀ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸ਼ੁਕਰੀਆ, ਔਰ ਹੋਲੇ ਮਹੱਲੇ ਦੀਆਂ ਸਾਰੀ ਸੰਗਤ ਨੂੰ, ਸਾਰੇ ਦਰਸ਼ਕਾਂ ਨੂੰ ਬਹੁਤ ਬਹੁਤ ਵਧਾਈਆਂ ਜੀ। ਵਧਾਈਆਂ ਤਾਂ ਬਿਲਕੁਲ ਸਾਰਿਆਂ ਨੂੰ, ਪਰ ਉੱਥੇ ਜਿਹੜੀ ਇੱਕ ਕੱਲ ਮੰਦਭਾਗੀ ਜਿਹੜੀ ਘਟਨਾ ਵਾਪਰ ਗਈ, ਛੋਟੀ ਜਿਹੀ ਗੱਲ ਆਪਾਂ ਉੱਥੇ ਕਰ ਲਈਏ ਅਣਖੀ ਸਾਹਿਬ, ਜਾਂ ਆਪਾਂ ਕਾਨੂੰਨ ਵਿਵਸਥਾ ਦੇ ਵਿੱਚ ਹੀ ਲੈ ਲਾਂਗੇ। ਮੈਂ ਸੋਚਦਾ ਕਿ ਜਿਹੜੀ ਕੱਲ ਮੰਦਭਾਗੀ ਘਟਨਾ ਉੱਥੇ ਵਾਪਰੀ ਹੈ ਉੱਥੇ ਆਪਾਂ ਕਾਨੂੰਨ ਵਿਵਸਥਾ ਦੇ ਵਿੱਚ ਹੀ ਲੈ ਲਾਂਗੇ, ਪਰ ਸ਼ੁਰੂਆਤ ਜਿਹੜੀ ਆ ਉਹ ਮੈਨੂੰ ਲੱਗਦਾ ਕਿ ਇੱਕ ਅਹਿਮ ਖਬਰ, ਇਹ ਵੀ ਬੜੀ ਅਹਿਮ ਖਬਰ ਸੀ ਇਹ, ਪਰ ਰਲਵੀਂ ਮਿਲਵੀਂ ਗੱਲ ਤੇ ਨਾਲ ਹੀ ਕਰਾਂਗੇ। ਪਰ ਜਿਹੜੀ ਕੋਟਕਪੁਰਾ ਗੋਲੀਕਾਂਡ ਦੀ SIT ਨੂੰ ਲੈ ਕੇ ਜਿੱਥੇ ਕੁੰਵਰ ਵਿਜੇ ਪ੍ਰਤਾਪ ਨੇ ਵਿਧਾਨ ਸਭਾ ਦੇ ਵਿੱਚ ਸਵਾਲ ਚੱਕੇ, ਵਿਧਾਨ ਸਭਾ ਤੋਂ ਬਾਹਰ ਵੀ ਸਵਾਲ ਚੱਕੇ, ਜਾਬਤੇ ਦੇ ਵਿੱਚ ਰਹਿ ਕੇ ਚੱਕੇ, ਤਾਂ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਇਹ ਜਿਹੜੀ SIT ਹੈ ਭਾਈ, ਇਹ SIT ਕੈਪਟਨ ਅਮਰਿੰਦਰ ਸਿੰਘ ਮੌਕੇ ਬਣੀ ਹੈ, ਕਿ ਇਸ SIT ਦੇ ਵੱਲੋਂ ਜਿਹੜੀ ਜਾਂਚ ਕੀਤੀ ਜਾ ਰਹੀ ਹੈ ਉਸੇ ਵਿਜ਼ਨ ਨੂੰ ਲੈ ਕੇ ਜਾਂਚ ਕੀਤੀ ਜਾ ਰਹੀ ਹੈ ਜਿਸ ਵਿਜ਼ਨ ਤੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਵੱਲੋਂ ਇਸ SIT ਨੂੰ ਸਮਝਾਇਆ ਗਿਆ ਸੀਗਾ। ਅੱਜ ਵੀ ਉਸੇ ਹੀ ਵਾਲੇ ਪਾਸੇ ਨੂੰ ਜਿਹੜੀ ਹੈ ਕਹਿੰਦੇ ਜਾਂਚ ਚੱਲ ਰਹੀ ਹੈ, ਤੇ ਇਸ SIT ਦੀ ਸਰਕਾਰ ਜਿਹੜੀ ਆ ਉਹ ਭਰੋਸੇ ਨਾ ਰਹੇ, ਕੋਈ ਠੋਸ ਕਦਮ ਚੱਕੇ, ਫਿਰ ਜਿਹੜਾ ਇਹਦੇ ਵਿੱਚ ਆਪਾਂ ਨੂੰ ਇਨਸਾਫ਼ ਜਿਹੜਾ ਮਿਲਣਾ। ਪਰ ਕੱਲ CM ਭਗਵੰਤ ਮਾਨ ਦੇ ਵੱਲੋਂ ਇਹ SIT ਦੇ ਉੱਪਰ, ਜਿਹੜੀ SIT ਦੇ ਉੱਪਰ ਸਵਾਲ ਜਿਹੜੇ ਚੁੱਕੇ ਹੈ ਕੁੰਵਰ ਵਿਜੇ ਪ੍ਰਤਾਪ ਨੇ, ਉਹਨਾਂ ਦੀ ਕਾਰਵਾਈ ਦੇ ਉੱਪਰ ਆਪਣੀ ਪਿੱਠ ਥਪਥਪਾਈ ਹੈ ਤੇ ਦਾਅਵਾ ਕੀਤਾ ਹੈ ਕਿ ਅਸੀਂ ਇਹਦੇ ਵਿੱਚ ਇਨਸਾਫ਼ ਦੇ ਦਿੱਤਾ ਤੇ ਅੱਗੇ ਵੀ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜੀ ਆ ਉਹ ਇਨਸਾਫ਼ ਦੀ ਗੱਲ, ਜੇ ਕੋਈ ਹੋਰ ਵਾਲੇ ਪਾਸੇ ਬੇਅਦਬੀ ਹੁੰਦੀ ਹੈ ਤਾਂ ਸਖ਼ਤ ਤੋਂ ਸਖ਼ਤ ਸਜ਼ਾ ਦਵਾਵਾਂਗੇ, ਉਹਨਾਂ ਨੇ ਇਹ ਵੀ ਗੱਲ ਜਿਹੜੀ ਉਹ ਨਾਲ ਕਹਿ ਦਿੱਤੀ ਹੈ। ਪਰ ਜਿਹੜੀ ਅਹਿਮ ਗੱਲ ਇਹ ਹੈ ਕਿ ਦੋਵੇਂ ਜਣੇ SIT ਨੂੰ ਲੈ ਕੇ ਜਿਹੜੇ ਹੈਗੇ ਆ ਉਹ ਆਹਮੋ ਸਾਹਮਣੇ ਨੇ। ਭਗਵੰਤ ਮਾਨ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ, ਕਹਿੰਦੇ ਕਿ ਨਿਚੋੜੇ ਹੋਏ ਨਿੰਬੂ ਵਰਗਾ ਇਹ ਕੇਸ ਸੀਗਾ ਤੇ ਅਸੀਂ ਇਹ ਸੁਲਝਾ ਕੇ ਰੱਖ ਦਿੱਤਾ, ਜਦਕਿ ਦੂਜੇ ਪਾਸੇ ਕੁੰਵਰ ਵਿਜੇ ਪ੍ਰਤਾਪ ਅਸੰਤੁਸ਼ਟ ਨੇ। ਤਾਂ ਕਿਵੇਂ ਦੇਖਦੇ ਹੋ, ਬਹੁਤੇ ਲੋਕ ਪੰਜਾਬ ਦੇ ਅਸੰਤੁਸ਼ਟ ਨੇ, ਉਸ ਤਰਕ ਦੇ ਨਾਲ ਸਹਿਮਤ ਨੇ ਕੁੰਵਰ ਵਿਜੇ ਪ੍ਰਤਾਪ ਦੇ, ਜਿਹੜੇ ਕੁੰਵਰ ਵਿਜੇ ਪ੍ਰਤਾਪ ਤਰਕ ਦੇ ਰਹੇ ਨੇ ਉਹਦੇ ਨਾਲ ਪੰਜਾਬ ਦੇ ਬਹੁਤੇ ਲੋਕ ਸਹਿਮਤ ਨੇ, ਪਰ ਦੂਜੇ ਪਾਸੇ ਮੁੱਖ ਮੰਤਰੀ ਉਸ ਵਿਸ਼ੇ ਤੇ ਸੰਤੁਸ਼ਟ ਨਜ਼ਰ ਆ ਰਹੇ ਆ, ਕਿਵੇਂ ਦੇਖਦੇ ਹੋ ਇਸ ਪੂਰੀ ਚੀਜ਼? ਸੁਖਵਿੰਦਰ ਜੀ, ਜਿਸ ਤਰੀਕੇ ਨਾਲ ਵਿਧਾਨ ਸਭਾ ਦਾ ਬਜਟ ਸੈਸ਼ਨ ਚੱਲਦਾ ਪਿਆ ਤੇ ਮੁੱਖ ਮੰਤਰੀ ਸਾਹਿਬ ਬੜਾ ਕੁਝ ਇਹੋ ਜਿਹੇ ਦਾਅਵੇ ਜਿਹੜੇ ਉਹ ਕਰਦੇ ਆ, ਕੱਲ ਉਹਨਾਂ ਨੇ ਇਸ ਰਿਪੋਰਟ ਨੂੰ ਲੈ ਕੇ ਦਾਅਵਾ ਕੀਤਾ ਕਿ ਜਿਹੜੀ ਬੇ ਕੋਟਕਪੂਰਾ ਦੀ ਜਿਹੜੀ ਪਹਿਲੀ ਰਿਪੋਰਟ ਸੀ ਨਿਚੋੜੇ ਹੋਏ ਨਿੰਬੂ ਵਾਂਗ ਸੀ, ਉਹਦੇ ਵਿੱਚ ਹੈ ਕੁਝ ਨਹੀਂ ਸੀ। ਤੇ ਸਾਡੇ ਇਸ SIT ਨੇ ਜਾਂ ਜਿਹੜੀ SIT ਦੀ ਰਿਪੋਰਟ ਹੁਣ ਅਦਾਲਤ ਵਿੱਚ ਜਿਹੜੀ ਦਾਇਰ ਕੀਤੀ ਗਈ ਆ ਉਹਦੇ ਵਿੱਚ ਉਹਨਾਂ ਮਾਸਟਰ ਮਾਈਂਡਾਂ ਦੇ ਨਾਮ ਵਿੱਚ ਸ਼ਾਮਲ ਕੀਤੇ ਨੇ ਜਾਂ ਉਹ ਮਾਸਟਰ ਮਾਈਂਡਾਂ ਦੇ ਨਾਲ ਸ਼ਾਮਲ ਹੋਏ ਨੇ ਜਿਨ੍ਹਾਂ ਦੇ ਸੰਬੰਧੀ ਲੋਕ ਜਿਹੜੇ ਥਰ ਥਰ ਕੰਬਦੇ ਸੀ ਤੇ ਕਹਿੰਦੇ ਕਿ ਹੁਣ ਉਹਨਾਂ ਮਾਸਟਰ ਮਾਈਂਡਾਂ ਦੇ ਨਾਮ ਹੀ ਇਸ ਰਿਪੋਰਟ ਦੇ ਵਿੱਚ ਆ ਗਏ ਨੇ, ਇਸ ਚਲਾਨ ਦੇ ਵਿੱਚ ਆ ਗਏ ਨੇ। ਤਾਂ ਉਹਨਾਂ ਨੇ ਫਿਰ ਉਹ ਗੱਲ ਦਰਾਈ ਕਿ ਜਿੰਨਾ ਕੋਈ ਮਰਜ਼ੀ ਵੱਡਾ ਹੋਵੇ ਕਿਸੇ ਨੂੰ ਬਖਸ਼ਿਆ ਜਿਹੜਾ ਉਹ ਨਹੀਂ ਜਾਵੇਗਾ, ਉਸਨੂੰ ਅੰਤਮ ਜਿਹੜਾ ਸਖਲਾਖਾਂ ਤੱਕ ਉਸਨੂੰ ਪਹੁੰਚਾਇਆ ਜਾਏਗਾ, ਦਾਅਵਾ ਮੰਤਰੀ ਸਾਹਿਬ ਮੁੱਖ ਮੰਤਰੀ ਸਾਹਿਬ ਨੇ ਕੀਤਾ ਉੱਥੇ। ਹੁਣ ਦੂਜੇ ਪਾਸੇ ਜਿਹੜਾ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਣੀ ਹੈ, ਜਿਨ੍ਹਾਂ ਨੇ ਪਹਿਲਾਂ ਇਸ ਮਸਲੇ ਦੀ ਸਾਰਿਆਂ ਦੀ ਜਾਂਚ ਕੀਤੀ ਤੇ ਫਿਰ ਉਹ ਰਿਪੋਰਟ ਦਾ ਕੀ ਹਸ਼ਰ ਹੋਇਆ
ਜਾਂ ਜਿਸ ਤਰੀਕੇ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਨੇ ਉਸ ਰਿਪੋਰਟ ਨਾਲ ਅਸੀਂ ਬਲਾਤਕਾਰ ਹੀ ਕਹਿ ਸਕਦੇ ਕਿ ਜਿਸ ਤਰੀਕੇ ਨਾਲ ਬਲਾਤਕਾਰ ਕਰਵਾਇਆ ਔਰ ਜਿਸ ਤਰੀਕੇ ਨਾਲ ਉਹ ਰਿਪੋਰਟ ਰੱਦ ਹੋਈ ਉਹ ਵੀ ਸਾਰਿਆਂ ਦੇ ਸਾਹਮਣੇ ਆ। ਤਾਂ ਉਹ ਚੀਜ਼ ਨੂੰ ਲੈ ਕੇ ਇੱਕ ਵਾਰ ਵਿਜੇ ਪ੍ਰਤਾਪ ਸਿੰਘ ਹੁਣੀ ਇਹਨਾਂ ਨੇ ਰਿਜ਼ਾਈਨ ਕੀਤਾ ਤੇ ਫਿਰ ਇਹ ਸਰਗਰਮ ਦੂਸਰੇ ਪਾਸੇ ਸਰਗਰਮ ਰਾਜਨੀਤੀ ਦਾ ਹਿੱਸਾ ਬਣੇ ਤੇ ਹੁਣ ਉਹਨਾਂ ਨੇ ਫਿਰ ਖਰਚੇ ਪ੍ਰਗਟਾਏ ਨੇ। ਖਰਚੇ ਇਸ ਪੱਖ ਤੋਂ ਪ੍ਰਗਟਾਏ ਨੇ ਕਿ ਬੇਸ਼ੱਕ ਉਸ ਪਰਿਵਾਰ ਦਾ ਨਾਮ ਇਸ SIT ਇਸ ਰਿਪੋਰਟ ਦੇ ਵਿੱਚ SIT ਨੇ ਸ਼ਾਮਿਲ ਕਰ ਲਿਆ ਜਿਹਦੇ ਉੱਤੇ ਪੰਜਾਬ ਦੇ ਲੋਕ ਹਮੇਸ਼ਾ ਸਮਝਦੇ ਰਹੇ ਆ, ਪਰ ਅਸਲ ਵਿੱਚ ਜਿਹੜੀ ਕਾਨੂੰਨੀ ਪ੍ਰਕਿਰਿਆ ਹੈਗੀ ਆ ਉਹਨੂੰ ਲੈ ਕੇ ਸਵਾਲ ਜਿਹੜੇ ਉਹ ਹਮੇਸ਼ਾ ਖੜੇ ਕਰਦੇ ਨੇ। ਕਿਉਂਕਿ ਇਹੋ ਜਿਹੀ ਰਿਪੋਰਟ ਜਿਹੋ ਜਿਹੀ ਰਿਪੋਰਟ ਹੁਣ ਪੇਸ਼ ਹੋਈ ਆ, ਸੁਖਵਿੰਦਰ ਜੀ ਇਹੋ ਜਿਹੀ ਰਿਪੋਰਟ ਤਾਂ ਉਸ ਵਕਤ ਕਮਰੇ ਵਿੱਚ ਪ੍ਰਤਾਪ ਨੇ ਵੀ ਦਾਇਰ ਕੀਤੀ ਸੀ, ਪਰ ਦੂਜੇ ਪਾਸੇ ਜਿਹੜੀ ਵਿਰੋਧੀ ਧਿਰ ਜਾਂ ਜਿਸ ਅਸੀਂ ਕਹਿ ਸਕਦੇ ਕਿ ਜਿਹਨਾਂ ਬੰਦੇ ਤੇ ਇਲਜ਼ਾਮ ਨੇ ਉਹਨਾਂ ਨੇ ਇਸ ਤਰੀਕੇ ਨਾਲ ਉੱਥੇ ਪ੍ਰਭਾਵ ਪਾਇਆ ਕਿ ਰਿਪੋਰਟ ਦਾ ਜੋ ਹਸ਼ਰ ਹੋਇਆ ਉਹ ਸਾਰਿਆਂ ਦੇ ਸਾਹਮਣੇ ਆ। ਇਹ ਖਦਸ਼ਾ ਇਹ ਡਰ ਅਜੇ ਵੀ ਕਵਰ ਵਿਜੇ ਪ੍ਰਤਾਪ ਸਿੰਘ ਹੁਣਾਂ ਨੂੰ ਸਤਾ ਰਿਹਾ ਕਿ ਕਿਤੇ ਇਸ ਤਰੀਕੇ ਨਾਲ ਹੋਵੇ ਕੱਲ੍ਹ ਨੂੰ ਜਦੋਂ ਅਦਾਲਤੀ ਪ੍ਰਕਿਰਿਆ ਸ਼ੁਰੂ ਹੋਣੀ ਆ ਤਾਂ ਉਸ ਸਮੇਂ ਜਿਸ ਤਰੀਕੇ ਨਾਲ 23 ਮਾਰਚ ਨੂੰ ਉਹਨਾਂ ਨੂੰ ਬਾਦਲ ਪਰਿਵਾਰ ਤੋਂ ਸੱਦਿਆ ਗਿਆ ਜਾਂ ਜ਼ਿੰਮੇਵਾਰ ਬੰਦਿਆਂ ਨੂੰ ਸੱਦਿਆ ਗਿਆ, ਉਸ ਸਮੇਂ ਇਹ ਸਰਕਾਰ ਦਾ ਰੁਖ ਕੀ ਹੋਏਗਾ, ਕੀ ਸਰਕਾਰ ਦੀ ਜਿਹੜੀ ਲੀਗਲ ਟੀਮ ਆ ਇਸ ਕੇਸ ਨੂੰ ਉਸ ਤਰੀਕੇ ਨਾਲ ਚੁੱਕ ਸਕੇਗੀ ਜਿਸ ਤਰੀਕੇ ਨਾਲ ਚੁੱਕਣਾ ਚਾਹੀਦਾ, ਤੇ ਜੇਕਰ ਨਾ ਚੁੱਕ ਸਕੀ ਤੇ ਕਿਤੇ ਏਦਾਂ ਨਾ ਹੋਵੇ ਜਿਹੜਾ ਡਰ ਉਹਨਾਂ ਨੇ ਪ੍ਰਗਟਾਇਆ ਕਿ ਪਹਿਲੀ ਨਜ਼ਰੇ ਪਹਿਲੀ ਤਰੀਕ ਤੇ ਹੀ ਉਹ ਬੰਦੇ ਰਿਹਾ ਹੁੰਦੇ ਨਜ਼ਰ ਆਉਣ, ਕਿਉਂਕਿ ਸਰਕਾਰ ਦਵੱਲੇ ਕਹਿੰਦੇ ਨੇ ਕਿ ਵੇਖੋ ਜੀ ਅਸੀਂ ਤਾਂ ਚਲਾਨ ਪੇਸ਼ ਕਰ ਦਿੱਤਾ, ਹੁਣ ਦੂਜੇ ਪਾਸੇ ਅਗਲਿਆਂ ਨੇ ਵੀ ਕਾਨੂੰਨੀ ਸਹਾਇਤਾ ਲੈਣੀ ਸੀ, ਸਾਡੀ ਵੀ ਲੀਗਲ ਟੀਮ ਗਈ, ਠੀਕ ਆ ਜੀ ਅਦਾਲਤ ਦਾ ਫੈਸਲਾ ਅਸੀਂ ਕੀ ਕਰ ਸਕਦੇ ਹਾਂ। ਕਮਰੇ ਵਿਜੇ ਪ੍ਰਤਾਪ ਸਿੰਘ ਨੂੰ ਹਮੇਸ਼ਾ ਇਸ ਚੀਜ਼ ਦਾ ਖਦਸ਼ਾ ਰਿਹਾ, ਇਹ ਖਦਸ਼ਾ ਤਾਂ ਮੁੱਖ ਮੰਤਰੀ ਇਹ ਗੱਲ ਕਹਿ ਚੁੱਕਿਆ ਕਿ ਅਸੀਂ ਇਹ ਕੰਮ ਕਰਕੇ ਅਦਾਲਤਾਂ ਤੇ ਛੱਡਾਂਗੇ ਇਨਸਾਫ ਦੇ ਲਈ, ਛੱਡਾਂਗੇ ਤਾਂ ਕੀ ਮਤਲਬ ਸੁਖਵਿੰਦਰ ਜੀ, ਉਹ ਤੇ ਮੈਂ ਗੱਲ ਕਰ ਰਿਹਾ ਖਦਸ਼ਾ ਤਾਂ ਇਹੋ ਹੀ ਹੈ, ਖਦਸ਼ਾ ਇਹੋ ਹੀ ਹੈ ਜਿਹੜਾ ਵਿਜੇ ਪ੍ਰਤਾਪ ਸਿੰਘ ਨੂੰ ਸਤਾ ਰਿਹਾ ਜਾਂ ਜਿਹੜਾ ਉਸਨੂੰ ਡਰਾ ਰਿਹਾ, ਕਿਉਂਕਿ ਬੀਤੇ ਦੌਰ ਦੇ ਵਿੱਚ ਜੋ ਕੁਝ ਹੁੰਦਾ ਰਿਹਾ ਉਹ ਸੁਖਵਿੰਦਰ ਜੀ ਸਾਰਿਆਂ ਦੇ ਸਾਹਮਣੇ ਆ। ਸਰਕਾਰਾਂ ਬਹੁਤ ਕੁਝ ਇਹੋ ਜਿਹਾ ਕਰਦੀਆਂ ਨੇ, ਲੋਕਾਂ ਦੇ ਵਾਅਦੇ ਕਰਕੇ ਲੋਕਾਂ ਦੇ ਅਥਰੂ ਵੀ ਪੂੰਝ ਦੇਣੇ ਤੇ ਦੂਜੇ ਪਾਸਾ ਵੀ ਰੱਖ ਲੈਣਾ। ਸੋ ਅਜਿਹੀ ਪੇਸ਼ਨ ਜਿਸ ਤਰੀਕੇ ਨਾਲ ਮੁੱਖ ਮੰਤਰੀ ਸਾਹਿਬ ਦਾ ਇਹ ਬਿਆਨ ਆ ਕਿ ਛੱਡਾਂਗੇ, ਬਾਕੀ ਫੈਸਲਾ ਅਦਾਲਤਾਂ ਤੇ ਛੱਡਾਂਗੇ, ਅਦਾਲਤਾਂ ਤੇ ਛੱਡਣ ਦਾ ਭਾਵ ਤਾਂ ਫਿਰ ਇਹੋ ਹੀ ਆ ਕਿ ਫਿਰ ਠੀਕ ਆ ਜੋ ਇਸ ਕੇਸ ਨਾਲ ਬਣਦਾ ਹੋਈ ਜਾਵੇ, ਇਹ ਨਹੀਂ ਚਾਹੀਦਾ। ਇਹ ਚਾਹੀਦਾ ਮੁੱਖ ਮੰਤਰੀ ਸਾਹਿਬ ਦਾ ਬਿਆਨ ਜੇਕਰ ਇਹ ਆਉਂਦਾ ਕਿ ਅੰਤਮ ਪਦਮ ਤੱਕ ਅਸੀਂ ਇਸ ਕੇਸ ਨੂੰ ਮਜ਼ਬੂਤੀ ਨਾਲ ਲੜਾਂਗੇ ਤੇ ਜ਼ਿੰਮੇਵਾਰ ਲੋਕਾਂ ਨੂੰ ਸਲਾਖਾਂ ਦੇ ਪਿੱਛੇ ਪਹੁੰਚਾਵਾਂਗੇ, ਜਦੋਂ ਜੇ ਤਾਂ ਇਹ ਬਿਆਨ ਆਉਂਦਾ ਫਿਰ ਤਾਂ ਇਹ ਲੱਗਦਾ ਸੀ ਕਿ ਮੁੱਖ ਮੰਤਰੀ ਇਸ ਗੱਲ ਤੇ ਪੂਰਨ ਤੌਰ ਤੇ ਸੁਹਿਰਦ ਰਹੇ, ਪਰ ਜਿਸ ਤਰੀਕੇ ਦਾ ਇਹ ਬਿਆਨ ਤੁਸੀਂ ਕੋਡ ਕੀਤਾ ਉਹ ਤੋਂ ਸਾਫ਼ ਲੱਗਦਾ ਕਿ ਸਰਕਾਰ ਦੇ ਜਿਹੜੇ ਮਨਸ਼ੇ ਨੇ ਉਹ ਇਸ ਮਸਲੇ ਨੂੰ ਸਿਰਫ ਤੇ ਸਿਰਫ ਰਿਪੋਰਟ ਚਲਾਨ ਪੇਸ਼ ਕਰਨ ਤੱਕ ਹੀ ਸੀ, ਉਸ ਤੋਂ ਮਗਰੋਂ ਇਸ ਕੇਸ ਤੇ ਜੋ ਜਾਣੇ ਖੁਦਾ ਜਾਣੇ ਜਾਂ ਉਹ ਪ੍ਰਮਾਤਮਾ ਜਾਣੇ ਕਿ ਕੀ ਬਣਾ ਜਾਂ ਮੁੱਖ ਮੰਤਰੀ ਸਾਹਿਬ ਨੂੰ ਇਹ ਚਾਹ ਰਹੇ ਆ, ਤੇ ਇਸੇ ਤਰੀਕ ਨੂੰ ਲੈ ਕੇ ਇਸੇ ਚੀਜ਼ ਨੂੰ ਲੈ ਕੇ ਹੀ ਸਮੇਂ ਸਮੇਂ ਤੇ ਕਵਰ ਵਿਜੇ ਪ੍ਰਤਾਪ ਨੇ ਜਿਹੜੇ ਸਵਾਲ ਉਠਾਏ ਨੇ ਉਹ ਅੱਜ ਵੀ ਆਪਣੇ ਉਹਨਾਂ ਸਵਾਲਾਂ ਤੇ ਕਾਇਮ ਨੇ ਜਿਸ ਤਰੀਕੇ ਨਾਲ ਉਹਨਾਂ ਦੀ ਸਪੀਚ ਵਿਧਾਨ ਸਭਾ ਦੇ ਵਿੱਚ ਪੇਸ਼ ਹੋਈ ਆ। ਸੋ ਹੁਣ ਆਉਂਦਿਆਂ ਦਿਨਾਂ 'ਚ ਇਹ ਵੇਖਣਾ ਹੋਵੇਗਾ ਕਿ ਸਰਕਾਰ ਨੇ ਚਲਾਨ ਤਾਂ ਪੇਸ਼ ਕਰਤਾ ਫਰੀਦਕੋਟ ਦੀ ਅਦਾਲਤ 'ਚ, ਹੁਣ ਉਸ ਚਲਾਨ ਦੇ ਉੱਤੇ ਕਿੰਨੀ ਮਜ਼ਬੂਤੀ ਦੇ ਨਾਲ ਪਹਿਰਾ ਦਿੰਦੀ ਆ ਤੇ ਜਾਂ ਇਸ ਮਸਲੇ ਨੂੰ ਘੱਟੇ ਕੌਡੀਆਂ 'ਚ ਰੋਲ ਕੇ ਉਸ ਜ਼ਿੰਮੇਵਾਰ ਪਰਿਵਾਰ ਨੂੰ ਜਿਹਨੂੰ ਸ਼ਾਮਿਲ ਕੀਤਾ ਗਿਆ ਕਿਸੇ ਨਾ ਕਿਸੇ ਤਰੀਕੇ ਨਾਲ ਰਾਹਤ ਵਾ ਦਿੱਤੀ ਜਾਂਦੀ ਆ, ਤਾਂ ਜੋ ਮੁੱਖ ਮੰਤਰੀ ਸਾਹਿਬ ਇਹ ਲੋਕਾਂ 'ਚ ਕਹਿ ਸਕਣ ਕਿ ਵੇਖੋ ਜੀ ਅਸੀਂ ਤਾਂ ਚਲਾਨ ਪੇਸ਼ ਕੀਤਾ ਸੀ, ਹੁਣ ਅਦਾਲਤੀ ਪ੍ਰਕਿਰਿਆ ਆ, ਮਸਲਾ ਲਿਟੀਗੇਸ਼ਨ 'ਚ ਆ, ਅਸੀਂ ਇਹਦੇ ਵਿੱਚ ਕੁਝ ਨਹੀਂ ਕਰ ਸਕੇ। ਸੋ ਇਹ ਤੋਖਲੇ ਜਿਹੜੇ ਨੇ ਕੇਵਲ ਕਵਲ ਵਿਜੇ ਪ੍ਰਤਾਪ ਦੇ ਨਹੀਂ ਆ, ਹੋਰ ਵੀ ਉਹਨਾਂ ਨਾਨਕ ਨਾਮ ਲੇਵਾ ਸੰਗਤ ਦੇ ਬੜੇ ਨੇ ਜਿਨ੍ਹਾਂ ਨੇ ਬੀਤੇ ਦੌਰ 'ਚ ਉਹਨਾਂ ਰਿਪੋਰਟਾਂ ਦਾ ਹਸ਼ਰ ਰੱਖਿਆ। ਕੁਝ ਲੋਕ ਜਿਹੜੇ ਆ ਕਾਨੂੰਨ ਨੂੰ ਸਾਡੇ ਨਾਲੋਂ ਬਿਹਤਰ ਸਮਝਦੇ ਆ, ਆਮ ਲੋਕਾਂ ਦੇ ਨਾਲੋਂ ਬਿਹਤਰ ਸਮਝਦੇ ਆ, ਉਹ ਲੋਕ ਵੀ ਇਹ ਗੱਲ ਕਹਿ ਰਹੇ ਆ ਕਿ ਇਹ ਚਲਾਨ ਜਿਹੜਾ ਉਹ ਬਹੁਤੀ ਦੇਰ ਅਦਾਲਤ ਦੇ ਵਿੱਚ ਟਿੰਗਣ ਵਾਲਾ ਨਹੀਂ, ਤੇ ਉਧਰ ਅੰਦਰ ਖਾਤੇ ਜਿਹੜੇ ਅਕਾਲੀ ਦਲ ਵਾਲੇ ਵਿਰੋਧ ਜ਼ਰੂਰ ਕਰ ਰਹੇ ਆ ਪਰ ਅੰਦਰੋਂ ਅੰਦਰ ਹੀ ਖੁਸ਼ ਨੇ ਇਸ ਚਲਾਨ ਤੋਂ ਕਿ ਇਹਦੇ ਵਿੱਚ ਤਾਂ ਸਾਨੂੰ ਬੜੀ ਜਲਦੀ ਹੋ ਜਾਣਾ ਹੈ, ਤੇ ਇਸ ਕਰਕੇ ਕੌਣ ਵਿਜੇ ਪ੍ਰਤਾਪ ਵੀ ਜਿਹੜੇ ਉਹ ਖਦਸ਼ੇ ਜਿਤਾ ਰਹੇ ਆ। ਤੇ ਦੂਜੇ ਪਾਸੇ ਮੁੱਖ ਮੰਤਰੀ ਜਿਹੜੇ ਆ ਉਹ ਪਤਾ ਨਹੀਂ ਤਾਂ ਉਹਨਾਂ ਨੂੰ ਇਹ ਚਲਾਨ ਦੇ ਬਾਰੇ ਸਮਝ ਨਹੀਂ ਹੈ, ਪਤਾ ਨਹੀਂ ਕਾਨੂੰਨ ਦੇ ਬਾਰੇ ਸਮਝ ਨਹੀਂ ਹੈ, ਪਤਾ ਨਹੀਂ ਤਾਂ ਉਹਨਾਂ ਨੇ ਇੱਕ ਵਾਰੀ ਕਹਿੰਦੇ ਹੁੰਦੇ ਨਾ ਵੀ ਪੱਲਾ ਹੀ ਝਾੜਿਆ, ਫਾਹਾ ਹੀ ਵੱਢਿਆ, ਜਾਂ ਆਪਾਂ ਕਹਿ ਦਈਏ ਕਿ ਆਪਣੇ ਗਲੋਂ ਹੀ ਲਾਹਿਆ, ਇਹੋ ਜਿਹੇ ਸ਼ਬਦ ਆਪਾਂ ਇਸਤੇਮਾਲ ਜਦੋਂ ਕਰਦੇ ਹੁੰਦੇ ਆ, ਜਾਂ ਫਿਰ ਇਹੋ ਜਿਹੀਆਂ ਗੱਲਾਂ ਦੇ ਕਰਕੇ ਉਹਨਾਂ ਨੂੰ ਇਹ ਲੱਗ ਰਿਹਾ ਕਿ ਭਾਈ ਬਸ ਠੀਕ ਆ ਹੀ ਆਪਣਾ ਕੰਮ ਚੱਕਦਾ, ਜਦਕਿ ਮੁੱਖ ਮੰਤਰੀ ਨੇ ਤਾਂ ਚਲੋ ਕਰਨਾ ਹੀ ਕਰਨਾ, ਅੱਗੇ ਜਿਹੜਾ ਮੋਰਚਾ ਹੈ ਜਦ ਉਹ ਕੋਈ ਸਵਾਲ ਨਹੀਂ ਚੱਕਦਾ, ਉਹ ਮੋਰਚਾ ਕਿਉਂ ਸਰਕਾਰ ਨੂੰ ਸਵਾਲ ਨਹੀਂ ਚੱਕਦਾ ਕਿ ਭਾਈ ਇਸ ਮਸਲੇ ਦੇ ਨਾਲ ਬੇਹੱਦ ਭਾਵੁਕ ਤੌਰ ਤੇ ਜਿਹੜਾ ਉਹ ਜੁੜਿਆ ਹੋਇਆ ਵਿਅਕਤੀ ਜਿਹਨੇ ਐਡੀ ਵੱਡੀ ਜਿਹੜੀ IG ਦੀ ਨੌਕਰੀ ਛੱਡੀ ਅਤੇ 10 ਸਾਲ ਨੌਕਰੀ ਜਿਹੜੀ ਉਹਨਾਂ ਦੀ ਪਈ ਸੀ ਤੇ DGP ਦੀ ਕੁਰਸੀ ਤੱਕ ਜਾਣਾ ਸੀ, MLA ਤਾਂ ਉਹਦੇ ਬਰਾਬਰ ਹੈ ਹੀ ਕੁੱਝ ਨਹੀਂ ਸੀ,
ਤਾਂ ਉਹ ਬੰਦੇ ਨੇ ਉਹ ਕੁਰਸੀ ਛੱਡ ਕੇ ਐਮਐਲਏ ਬਣਿਆ, ਸਰਕਾਰ ਦਾ ਹਿੱਸਾ ਬਣਿਆ, ਤਾਂ ਜੋ ਇਸ ਵਾਲੇ ਪਾਸੇ ਨੂੰ ਜਿਹੜਾ ਇਨਸਾਫ਼ ਦਵਾਇਆ ਜਾ ਸਕੇ। ਜੇ ਉਹ ਬੰਦਾ, ਜਿਹੜੇ ਬੰਦੇ ਨੂੰ ਲਿਆ ਕੇ ਤੁਸੀਂ ਇਸੇ ਮੁੱਦੇ ਦੇ ਕਰਕੇ ਹੀ ਹੀਰੋ ਬਣਿਆ ਕਰਕੇ ਉਹ ਤੇ ਉਹਨੂੰ ਲਿਆ ਕੇ ਉਹਦੇ ਮੋਢੇ ਤੇ ਰੱਖ ਕੇ ਪੰਜਾਬ ਦੇ ਵਿੱਚ ਵੋਟਾਂ ਦੀ ਪੋਲਿਟਿਕਸ ਕੀਤੀ, ਕਰੋੜਾਂ ਰੁਪਇਆ ਖਰਚ ਕੇ ਪਿੰਡ ਪਿੰਡ ਉਹਦੇ ਨਾਂ ਦੇ ਜਿਹੜੇ ਬੋਰਡ ਲਾਏ ਗਏ, ਉਹ ਬੰਦਾ ਹੀ ਜੇ ਤੁਹਾਡੇ ਇਸ਼ਤਿਹਾਰ ਤੋਂ ਸੰਤੁਸ਼ਟ ਨਹੀਂ ਤਾਂ ਫਿਰ ਅਸੀਂ ਸੰਤੁਸ਼ਟ ਕਿੱਦਾਂ ਹੋ ਜਾਈਏ? ਪਹਿਲਾਂ ਸਰਕਾਰ ਜਿਹੜੀ ਆਪ ਤਾਂ ਸੰਤੁਸ਼ਟ ਹੋ ਜਾਏ, ਕੁੰਵਰ ਵਿਜੇ ਪ੍ਰਤਾਪ ਨੂੰ ਤਾਂ ਸੰਤੁਸ਼ਟ ਕਰ ਲਵੇ, ਫਿਰ ਅਸੀਂ ਜਿਹੜੀ ਆ ਅੱਗੇ ਮੋਰਚੇ ਵਾਲੇ ਲੋਕ ਕਹਿਣ ਕਿ ਫਿਰ ਅਸੀਂ ਸੰਤੁਸ਼ਟ ਹੋਵਾਂਗੇ। ਪਰ ਮੋਰਚੇ ਵਾਲੇ ਜਿਹੜੇ ਆ ਉਹ ਸਰਕਾਰ ਨਾਲੋਂ ਵੀ ਕਾਹਲੇ ਨੇ। ਉਹ ਜਿਵੇਂ ਕਹਿੰਦੇ ਹੁੰਦੇ ਨਾ, ਹੁਣ ਮੈਂ ਇੱਥੇ ਜਿਹੜਾ ਉਹ ਵਰਡ ਨਹੀਂ ਵਰਤਣਾ ਕਿਉਂਕਿ ਕਈ ਵਾਰੀ ਹੋ ਸਕਦਾ ਕਿ ਉਦਾਹਰਣ ਦੇ ਤੌਰ ਤੇ ਨਾ ਕਿਸੇ ਨੂੰ ਫਿੱਟ ਬੈਠੇ, ਪਰ ਉਹ ਕਹਿੰਦੇ ਹੁੰਦੇ ਆ ਨਾ ਕਿ ਪੰਡ ਕਾਲੀ, ਇੰਨੀ ਕੀ ਗੱਲ ਮੈਂ ਕਹੂੰਗਾ, ਬਾਕੀ ਲੋਕਾਂ ਨੇ ਸਮਝ ਜਾਣੇ ਆ। ਤੇ ਕਹਿਣ ਦਾ ਭਾਵ ਇਹ ਆ ਕਿ ਉਹ ਪਹਿਲਾਂ ਹੀ ਤਿਆਰ ਬੈਠੇ ਸੀ ਕਿ ਚਲੋ ਮਾੜਾ ਮੋਟਾ ਸਰਕਾਰ ਇਸ਼ਾਰਾ ਕਰੇ, ਅਸੀਂ ਧੰਨਵਾਦ ਕਰਕੇ ਟੈਂਟ ਪੱਟੀਏ ਤੇ ਚੱਲੀਏ ਘਰਾਂ ਨੂੰ। ਉਹ ਮੈਨੂੰ ਲੱਗਦਾ ਪਹਿਲਾਂ ਹੀ ਇਸ ਚੱਕਰ 'ਚ ਬੈਠੇ ਸੀ, ਪਰ ਹੁਣ ਜਿਹੜਾ ਲੋਕ ਦੇਖਣ ਕਿ ਕਿਹਦੇ ਤੇ ਯਕੀਨ ਕਰਨਾ ਹੈ। ਔਰ ਸੱਚਾਈ ਜਿਹੜੀ ਆ ਉਹ ਮੇਰੇ ਖਿਆਲ 'ਚ ਬਹੁਤ ਹੀ ਦੂਰ ਨਹੀਂ, ਉਹ ਜਲਦ ਤੋਂ ਜਲਦ ਜਿਹੜਾ ਮੈਨੂੰ ਲੱਗਦਾ ਕਿ ਇਸ ਮਸਲੇ ਦੀ ਸੱਚਾਈ ਸਾਹਮਣੇ ਆ ਜਾਣੀ ਹੈ ਕਿ ਭਗਵੰਤ ਮਾਨ ਸੱਚ ਬੋਲਦੇ ਸੀ ਜਾਂ ਕੁੰਵਰ ਵਿਜੇ ਪ੍ਰਤਾਪ ਸੱਚ ਬੋਲਦੇ ਸੀਗੇ। ਚਲੋ ਅਗਲੀ ਖਬਰ ਅਣਖੀ ਸਾਹਿਬ ਲੈ ਲੈਂਦੇ ਹਾਂ। ਅਗਲੀ ਖਬਰ ਜਿਹੜੀ ਹੈ ਉਹ ਕਾਨੂੰਨ ਵਿਵਸਥਾ ਦੇ ਨਾਲ ਵੀ ਜੁੜੀ ਹੋਈ ਹੈ। ਅਗਲੀ ਖਬਰ ਜਿਹੜੀ ਹੈ ਉਹ ਪੰਜਾਬ ਦੇ ਵਿੱਚ ਰਾਸ਼ਟਰਪਤੀ ਰਾਜ ਨੂੰ ਲੈ ਕੇ ਵੀ ਜੁੜੀ ਹੋਈ ਹੈ। ਕਾਨੂੰਨ ਵਿਵਸਥਾ ਦੇ ਉੱਪਰ ਸਵਾਲ ਚੁੱਕੇ ਹੈ, ਕਈ ਪਾਲਿਸੀਆਂ ਦੇ ਉੱਪਰ ਵੀ ਸਵਾਲ ਚੁੱਕੇ ਹੈ। ਸੁਖਬੀਰ ਸਿੰਘ ਬਾਦਲ ਹੁਣੀ ਜਾ ਕੇ ਜਿਹੜੇ ਚਿੰਤਾ ਪ੍ਰਗਟ ਕਰਕੇ ਆਏ ਆ, ਰਾਜਪਾਲ ਨੂੰ ਲਿਖਤੀ ਤੌਰ ਤੇ ਦੇ ਕੇ ਆਏ ਆ ਕਿ ਭਾਈ ਇੱਥੇ ਰਾਸ਼ਟਰਪਤੀ ਰਾਜ ਲਾਓ, ਜਿਹੋ ਜਿਹੇ ਜਿਹੜੇ ਹਾਲਾਤ ਬਣ ਗਿਆ ਉਹ ਜਿਹੜੇ ਬਾਹਰ ਹੁੰਦੇ ਜਾ ਰਿਹਾ ਕੰਮ, ਤੇ ਉਧਰੋਂ ਮੁੱਖ ਮੰਤਰੀ ਕਹਿੰਦੇ ਬਦਤਮੀਜ਼ੀਆਂ ਤੇ ਉਤਰ ਆਏ ਆ। ਇਹ ਜਿਹੜੇ ਗੱਲਬਾਤ ਉਹਨਾਂ ਨੇ ਕਹੀ ਆ, ਉਹਨਾਂ ਨੇ ਤਾਂ ਕਹਿਤਾ, ਕਹਿੰਦੇ ਕਿ ਯਾਰ ਇਹੋ ਜਿਹੇ ਬੰਦੇ ਨੂੰ ਤਾਂ ਸਾਹਿਬ ਨਾ ਕਿਹਾ ਕਰੋ। ਜਿਹੜੇ ਸੁਖਬੀਰ ਬਾਦਲ ਕਹਿੰਦੇ ਕਿ ਸੀਐਮ ਸਾਹਿਬ ਨਾ ਕਿਹਾ ਕਰੋ, ਇਹ ਸਾਹਿਬ ਕਹਾਉਣ ਦੇ ਲਾਇਕ ਨਹੀਂ, ਇਹੋ ਜਿਹੀਆਂ ਜਿਹੜੀਆਂ ਟਿੱਪਣੀਆਂ ਉਹਨਾਂ ਨੇ ਕਰ ਦਿੱਤੀਆਂ। ਹਾਲਾਂਕਿ ਆਪਾਂ ਇਹ ਜ਼ਿਆਦਾ ਸੋਚਦੇ ਨਹੀਂ ਕਿ ਸੁਖਬੀਰ ਸਿੰਘ ਬਾਦਲ ਦੇ ਕਹਿਣ ਤੇ ਰਾਸ਼ਟਰਪਤੀ ਰਾਜ ਲੱਗ ਜਾਵੇ, ਪਰ ਜੋ ਇਸ ਵਕਤ ਹਾਲਾਤ ਬਣੇ ਹੋਏ ਆ, ਜਿਸ ਤਰੀਕੇ ਦੇ ਨਾਲ ਵਿਰੋਧੀ ਧਿਰਾਂ ਵੀ ਤੇ ਆਮ ਲੋਕਾਂ ਦੇ ਮਨ ਦੇ ਅੰਦਰ ਵੀ ਸਹਿਮ ਦਾ ਮਾਹੌਲ ਹੈ, ਜਿਸ ਤਰੀਕੇ ਦੇ ਨਾਲ ਕੱਲ ਆਨੰਦਪੁਰ ਸਾਹਿਬ ਦੇ ਵਿੱਚ ਇੱਕ ਨਿਹੰਗ ਸਿੰਘ ਮਾਰਿਆ ਗਿਆ, ਹਾਲਾਂਕਿ ਬਹੁਤੇ ਲੋਕ ਸੋਚਦੇ ਹੋਣਗੇ ਲਓ ਜੀ ਸਰਕਾਰ ਦਾ ਇਹਦੇ ਵਿੱਚ ਕੀ ਕਸੂਰ ਹੈ, ਸਰਕਾਰ ਦਾ ਹੀ ਕਸੂਰ ਹੈ, ਹੋਰ ਭਲਾ ਕਿਹਦਾ ਕਸੂਰ ਹੈ? ਕਿਉਂਕਿ ਐਡਾ ਵੱਡਾ ਹੋਲਾ ਮਹੱਲਾ ਜਿਹੜਾ ਪੂਰੇ ਦੁਨੀਆ ਭਰ ਦੇ ਵਿੱਚ ਜਿਹੜਾ ਉਹ ਪ੍ਰਸਿੱਧ ਹੈ, ਤੇ ਉੱਥੇ ਜਾ ਕੇ ਜਦੋਂ ਪ੍ਰਬੰਧ ਕਰਨ ਦੀ ਗੱਲ ਆਉਂਦੀ ਹੈ ਤਾਂ ਪੁਲਿਸ ਕਹਿੰਦੀ ਹੈ ਕਿ ਅਸੀਂ ਉੱਥੇ ਜੀ ਪੁਖਤਾ ਪ੍ਰਬੰਧ ਕਰ ਲਿਆ, ਕਦੋਂ ਦੀਆਂ ਤਿਆਰੀਆਂ ਜਿਹੜੀਆਂ ਲੱਗੀਆਂ, ਫੌਜ ਵੀ ਜਿਹੜੀ ਮੰਗਾ ਲਈ, ਤੇ ਇੰਨੇ ਇਕੱਠ ਦੇ ਵਿੱਚ ਇੱਕ ਵਿਅਕਤੀ ਲੋਕਾਂ ਦੇ ਵੱਲੋਂ ਕੁੱਟ ਕੁੱਟ ਮਾਰ ਦਿੱਤਾ ਜਾਂਦਾ ਹੈ, ਤਾਂ ਉੱਥੇ ਪ੍ਰਸ਼ਾਸਨਿਕ ਅਧਿਕਾਰੀ ਜਾਂ ਕੋਈ ਹੋਰ ਕੋਈ ਬੌੜਿਆ ਹੀ ਨਹੀਂ, ਉੱਥੇ ਲਾਹਣਤ ਜਿੱਥੇ ਸਰਕਾਰ ਤੇ ਪੁਲਿਸ ਨੂੰ, ਅਣਖੀ ਸਾਹਿਬ ਉੱਥੇ ਲਾਹਣਤ ਤੁਹਾਡੇ ਮੇਰੇ ਅੱਗੇ ਉੱਥੇ ਲੋਕਾਂ ਨੂੰ ਵੀ ਹੈ, ਜਿਹੜੇ ਲੋਕ ਉੱਥੇ ਖੜੇ ਦੇਖਦੇ ਰਹੇ ਮੂਕ ਦਰਸ਼ਕ ਬਣ ਕੇ, ਕਿਸੇ ਨੇ ਉਸ ਵਿਅਕਤੀ ਨੂੰ ਛਡਾਉਣ ਦੀ ਹਿੰਮਤ ਤੱਕ ਨਹੀਂ ਕੀਤੀ। ਸਾਰੀਆਂ ਗੱਲਾਂ ਪੁਲਿਸ ਜਾਂ ਸਰਕਾਰਾਂ ਤੇ ਨਹੀਂ ਛੱਡ ਸਕਦੇ, ਸਾਨੂੰ ਆਪਣੀ ਵੀ ਜਿਹੜੀ ਇਨਸਾਨੀਅਤ ਦਿਖਾਉਣੀ ਚਾਹੀਦੀ ਹੈ। ਤਾਂ ਜਿਹੋ ਜਿਹੇ ਹਾਲਾਤ ਜਿਹੜੇ ਬਣੇ ਹੋਏ ਆ, ਇੱਕ ਤੋਂ ਬਾਅਦ ਇੱਕ ਕਤਲ ਜਿਹੜਾ ਹੋ ਰਿਹਾ ਹੈ, ਉੱਥੇ ਹੀ ਜਿਹੋ ਜਿਹੇ ਹਾਲਾਤ ਪਾਲਿਸੀ ਵਾਲੇ ਵੀ, ਉਹਨਾਂ ਨੇ ਕਿਹਾ ਕਿ ਪਾਲਿਸੀ ਜਿਹੜੀ ਜਿਹਦੇ ਪਾਲਿਸੀ ਦੇ ਕਰਕੇ ਮਨੀਸ਼ ਸਿਸੋਦੀਆ ਚੱਕਿਆ, ਉਹਨੇ ਪਾਲਿਸੀ ਜਿਹੜੀ ਪੰਜਾਬ ਦੀ ਬਣਾਈ ਸੀ, ਤੇ ਪੰਜਾਬ ਵਾਲੇ ਪਾਸੇ ਵੀ ਜਾਂਚ ਦਾ ਘੇਰਾ ਜਿਹੜਾ ਵਧਣਾ ਚਾਹੀਦਾ ਹੈ। ਤਾਂ ਕਿਵੇਂ ਦੇਖਦੇ ਹੋ ਇਸ ਪੂਰੀ ਚੀਜ਼ ਨੂੰ ਕਿ ਰਾਸ਼ਟਰਪਤੀ ਰਾਜ ਵੱਲ ਵਾਕਈ ਪੰਜਾਬ ਜਿਹੜਾ ਵੱਧ ਰਿਹਾ? ਹੁਣੇ ਨਾ ਲੱਗੇ ਕਿ ਲੱਗਦਾ ਕਿ 24 ਤੋਂ ਪਹਿਲਾਂ ਇਹੋ ਜਿਹੀ ਕੋਈ ਗੱਲਬਾਤ ਹੋ ਸਕਦੀ ਹੈ? ਸੁਖਵਿੰਦਰ ਜੀ, ਸਵਾਲ ਤੁਹਾਡਾ ਬਹੁਤ ਲੰਮਾ ਹੈ। ਇਹਦਾ ਪਹਿਲਾਂ ਤਾਂ ਆਪਾਂ ਸੁਖਬੀਰ ਸਿੰਘ ਬਾਦਲ ਦੀ ਗੱਲ ਕਰ ਲਈਏ। ਸੁਖਬੀਰ ਸਿੰਘ ਬਾਦਲ ਹੁਣੀ ਕੱਲ ਗਵਰਨਰ ਸਾਹਿਬ ਨੂੰ ਮਿਲਦੇ ਆ ਤੇ ਪੰਜਾਬ 'ਚ ਰਾਸ਼ਟਰਪਤੀ ਰਾਜ ਲਾਉਣ ਦੀ ਮੰਗ ਕਰਦੇ ਆ। ਸੁਖਵਿੰਦਰ ਜੀ, ਸੁਖਬੀਰ ਸਿੰਘ ਬਾਦਲ ਤਾਂ 16 ਮਾਰਚ ਤੋਂ ਬਾਅਦ ਹੀ, ਉਦੋਂ ਤੋਂ ਵੀ ਉਹ ਸੋਚ ਰਹੇ ਆ ਕਿ ਹਾਂ ਵੀ ਰਾਸ਼ਟਰਪਤੀ ਮੈਂ ਰਾਜ ਲਵਾ ਦੇਣਾ ਜਿੰਨੀ ਜਲਦੀ ਹੋ ਸਕੇ। ਹਰ ਦੂਜੇ ਤੀਜੇ ਦਿਨ ਉਹਨਾਂ ਦਾ ਇਹ ਬਿਆਨ ਆਉਂਦਾ। ਔਰ ਇਹਨਾਂ ਦਾ ਬਿਆਨ ਕਿਸ ਕਰਕੇ ਆਉਂਦਾ ਇਹ ਲੋਕ ਸਾਰੇ ਜਾਣਦੇ ਆ, ਕਿਉਂਕਿ ਇਸ ਵੇਲੇ ਅਕਾਲੀ ਦਲ ਦੀ ਜਿਹੜੀ ਸਥਿਤੀ ਆ ਸੁਖਵਿੰਦਰ ਜੀ, ਉਹ ਬੜੀ ਹੋਰ ਤਰੀਕੇ ਦੀ ਬਣੀ ਹੈ। ਇਸ ਨੂੰ ਤੁਸੀਂ ਅੰਦਰੂਨੀ ਜਲਨ ਕਹਿ ਲਓ ਜਾਂ 10 ਸਾਲ ਸੱਤਾ ਤੋਂ ਦੂਰ ਆ ਤਾਂ ਸੰਤਾਪ ਕਹਿ ਲਓ, ਕੁਝ ਵੀ ਕਹਿ ਲਓ। ਸੋ ਸੁਖਬੀਰ ਸਿੰਘ ਬਾਦਲ ਦੇ ਇਹਨਾਂ ਬਿਆਨਾਂ ਨੂੰ ਕੋਈ ਵੀ ਜ਼ਿਆਦਾ ਗੰਭੀਰਤਾ ਨਾਲ ਨਾ ਹੀ ਲਿਆ ਜਾਵੇ। ਸਿਆਸੀ ਬੈਂਡ ਠੀਕ ਆ, ਉਹਨਾਂ ਨੇ ਗੁਰਦਰ ਸਾਹਿਬ ਨੂੰ ਮੁਲਾਕਾਤ ਕੀਤੀ, ਗੱਲਬਾਤ ਹੋਈ, ਰਾਸ਼ਟਰਪਤੀ ਬੜੀ ਸੋਹਣੀ ਤੁਸੀਂ ਗੱਲ ਕਹਿ ਤੀ ਕਿ ਸੁਖਬੀਰ ਬਾਦਲ ਦੇ ਕਹਿਣ ਤੇ ਰਾਸ਼ਟਰਪਤੀ ਰਾਜ ਲੱਗਣਾ ਉਹ ਇੱਕ ਵੱਖਰੀ ਗੱਲ ਆ, ਬਿਲਕੁਲ। ਤਾਂ ਚਲੋ ਠੀਕ ਆ, ਉਹ ਵਫਦ ਦੇ ਰੂਪ ਚ ਗਏ ਨੇ। ਤਾਂ ਜਿਹੜੀਆਂ ਉਹਦੀਆਂ ਅੱਜ ਕੱਲ੍ਹ ਟਿੱਪਣੀਆਂ ਨੇ, ਖਾਸ ਤੌਰ ਤੇ ਅਕਾਲੀ ਦਲ ਦੀਆਂ ਤੇ ਵਿੱਚ ਦੋ ਬੰਦਿਆਂ ਦੀਆਂ, ਖਾਸ ਤੌਰ ਤੇ ਸੁਖਬੀਰ ਸਿੰਘ ਬਾਦਲ ਦੀਆਂ ਤੇ ਬਿਕਰਮ ਸਿੰਘ ਮਜੀਠੀ ਦੀਆਂ, ਉਹ ਨਿੱਜੀ ਪੱਧਰ ਤੇ ਹੁੰਦੀਆਂ ਨੇ ਬਹੁਤ ਜ਼ਿਆਦਾ। ਤਾਂ ਉਹਦੇ ਤੇ ਉੱਤੇ ਲੋਕ ਸਮਝਣ ਲੱਗ ਪਏ ਨੇ ਕਿ ਇਹਦੇ ਵਿੱਚ ਰਾਜਨੀਤੀ ਸ਼ਾਇਦ ਉਨੀ ਹੁੰਦੀ ਨਹੀਂ ਜਿੰਨੀ ਇਸ ਗੱਲ ਦਾ
ਉਹਨਾਂ ਨੂੰ ਡਰਦਾ ਹੈਗਾ ਕਿ ਪਤਾ ਨਹੀਂ ਸੱਤਾ ਤੇ ਦੁਬਾਰਾ ਆਇਆ ਜਾਣਾ ਕਿ ਨਹੀਂ ਆਇਆ ਜਾਣਾ, ਜਿਸ ਤਰੀਕੇ ਨਾਲ ਅਕਾਲੀ ਦਲ ਰੋਜ਼ ਬੈਕਫੁੱਟ ਤੇ ਜਾ ਰਿਹਾ। ਇਹ ਗੱਲ ਆਪਾਂ ਇੰਨੀ ਕੁ ਇੱਥੇ ਹੀ ਛੱਡ ਦਈਏ। ਅਸਲ ਗੱਲ ਜਿਹੜੀ ਹੈ ਤੁਸੀਂ ਗੱਲ ਕੀਤੀ ਅਨੰਦਪੁਰ ਸਾਹਿਬ ਤੇ, ਉਹ ਅਮਨ ਕਾਨੂੰਨ ਦੀ ਸਥਿਤੀ ਨੂੰ ਲੈ ਕੇ। ਸੁਖਵਿੰਦਰ ਜੀ, ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਪੰਜਾਬ ਦੇ ਵਿੱਚ ਇਸ ਵੇਲੇ ਅਮਨ ਕਾਨੂੰਨ ਦੀ ਸਥਿਤੀ ਕਿਹੋ ਜਿਹੀ ਬਣੀ ਹੈ, ਸਾਰਿਆਂ ਨੂੰ ਪਤਾ। ਬੰਦੇ ਜੇਲ੍ਹ 'ਚ ਮਾਰੇ ਜਾਂਦੇ ਆ, ਜੇਲ੍ਹਾਂ ਦੇ ਵਿੱਚ ਵੀਡੀਓ ਬਣਾ ਕੇ ਬਾਹਰ ਵਾਇਰਲ ਕਰ ਦਿੱਤਾ ਜਾਂਦਾ, ਜੇਲ੍ਹ ਨਾਲ ਸੰਬੰਧਿਤ ਅਧਿਕਾਰੀ ਸਸਪੈਂਡ ਕਰ ਦਿੱਤੇ ਜਾਂਦੇ ਆ ਤੇ ਉਹ ਅੱਧੇ ਘੰਟੇ ਬਾਅਦ ਹੀ ਉਹ ਜ਼ਮਾਨਤ ਕਰਾ ਕੇ ਬਾਹਰ ਆ ਜਾਂਦੇ। ਦੂਜੇ ਪਾਸੇ ਅਨੰਦਪੁਰ ਸਾਹਿਬ ਦੇ ਵਿੱਚ ਕੱਲ੍ਹ ਇੱਕ ਨਿਹੰਗ ਸਿੰਘ ਦਾ ਜਿਹੜਾ ਕਤਲ ਹੁੰਦਾ, ਤੇ ਦੂਜੇ ਪਾਸੇ ਪੁਲਿਸ ਇਹ ਗੱਲ ਕਹਿੰਦੀ ਆ ਜੀ ਪੁਖਤਾ ਪ੍ਰਬੰਧ ਸੀ, 120 ਕੈਮਰੇ ਉੱਥੇ ਲਾਏ ਸੀ, SSP ਵਿਵੇਕ ਸੀ ਸੋਨੀ ਕਹਿੰਦਾ ਕਿ ਪਲ ਪਲ ਤੇ ਨਜ਼ਰ ਰੱਖੀ ਜਾ ਰਹੀ ਸੀ। ਔਰ ਪਰ ਇਸ ਪਲ ਪਲ ਤੇ ਨਜ਼ਰ ਰੱਖਦਿਆਂ ਹੋਇਆ ਵੀ ਉੱਥੇ ਇੱਕ ਬੰਦਾ ਕੁੱਟ ਕੁੱਟ ਕੇ ਮਾਰ ਦਿੱਤਾ ਜਾਂਦਾ ਤੇ ਉਹਨੂੰ ਕੋਈ ਪਾਣੀ ਪਿਉਣ ਵਾਲਾ ਵੀ ਨਹੀਂ, ਤਾਂ ਅਖੀਰ ਪੁਲਿਸ ਜਦੋਂ ਉਸਦੀ ਡੈਡ ਬਾਡੀ ਚੁੱਕਣ ਜੰਮਦੀ ਆ, ਮੂੰਹ 'ਚ ਪਾਣੀ ਪਾਉਂਦੀ ਆ, ਤਾਂ ਫਿਰ ਉਹਨੂੰ ਪਤਾ ਲੱਗਦਾ ਕਿ ਇਹ ਬੰਦਾ ਮਰ ਚੁੱਕਾ। ਹੁਣ ਸੁਖਵਿੰਦਰ ਜੀ, ਅਮਨ ਕਾਨੂੰਨ ਦੀ ਸਥਿਤੀ ਤਾਂ ਬਿਲਕੁਲ ਇਸ ਵੇਲੇ ਨਾਜ਼ੁਕ ਪੜਾਅ ਤੇ ਆ, ਨਾਜ਼ੁਕ ਪੜਾਅ ਤੇ। ਇਸ ਵਕਤ ਤੋਂ ਕੱਲ੍ਹ ਸਿੱਧੂ ਮੂਸੇਵਾਲ ਦਾ ਮਾਂ ਬਾਪ ਵੀ ਆਪਣੇ ਨਾਲ ਬੇਹੋਈ ਬੇਇਨਸਾਫੀ ਦੇ ਵਿਰੋਧ 'ਚ ਜਾ ਕੇ ਵਿਧਾਨ ਸਭਾ ਦੇ ਅੱਗੇ ਧਰਨਾ ਦਿੰਦਾ, ਮੁੱਖ ਮੰਤਰੀ ਸਾਹਿਬ ਮਿਲਦੇ ਹੀ ਨਹੀਂ। ਦੂਜੇ ਪਾਸੇ ਨਿੱਤ ਇਹੋ ਜਿਹੀਆਂ ਘਟਨਾਵਾਂ ਜਿਹੜੀਆਂ ਹੋ ਰਹੀਆਂ ਨੇ, ਉਹਨਾਂ ਘਟਨਾਵਾਂ ਦੇ ਨਾਲ ਹਰ ਬੰਦਾ ਖੌਫਜ਼ਦਾ, ਤਾਂ ਖੌਫਜ਼ਦਾ ਸੁਖਵਿੰਦਰ ਜੀ ਇਸ ਖੌਫਜ਼ਦਾ ਦਾ ਕਾਰਨ ਸਰਕਾਰ ਦੀ ਇਹੋ ਢਿੱਲੀ ਨੀਤੀ ਹੈ। ਸਰਕਾਰ ਹਰ ਹਫ਼ਤੇ ਬਾਅਦ ਪੁਲਿਸ ਅਫਸਰਾਂ ਦੇ ਤਬਾਦਲੇ ਕਰ ਦਿੰਦੀ ਹੈ, ਜਦੋਂ ਕਿ ਨਿਯਮਾਂ ਅਨੁਸਾਰ 1 ਸਾਲ ਤੋਂ ਪਹਿਲਾਂ ਤੁਸੀਂ ਕੋਈ ਪੁਲਿਸ ਅਫਸਰ ਬਦਲ ਨਹੀਂ ਸਕਦੇ। ਜਿੰਨਾ ਚਿਰ ਤੱਕ ਕਿਸੇ ਪੁਲਿਸ ਅਫਸਰ ਨੂੰ ਉਸ ਇਲਾਕੇ ਦੀ ਸਮਝ ਅਜੇ ਆਉਣੀ ਹੁੰਦੀ ਆ, ਉਹਦਾ ਬੋਰੀ ਬਿਸਤਰਾ ਗੋਲ ਕਰਾ ਕੇ ਕਿਸੇ ਦੂਜੇ ਜ਼ਿਲ੍ਹੇ 'ਚ ਭੇਜ ਦਿੱਤਾ ਜਾਂਦਾ, ਤੇ ਅਮਨ ਤੇ ਕਾਨੂੰਨ ਦੀ ਸਥਿਤੀ ਕਾਬੂ ਕਿੱਥੇ ਰਹੇਗੀ? ਇਸ ਦੇ 2 ਕਾਰਨ ਹੈ ਸੁਖਵਿੰਦਰ ਜੀ। ਸਰਕਾਰ ਕੋਲ ਸ਼ਾਇਦ ਇੰਨਾ ਅਨੁਭਵ ਹੀ ਨਹੀਂ ਹੈਗਾ ਕਿ ਕਿਸ ਤਰੀਕੇ ਨਾਲ ਸਥਿਤੀ ਨੂੰ ਹੈਂਡਲ ਕਰਦਾ, ਤੇ ਜਾਂ ਫਿਰ ਪੰਜਾਬ ਦੀ ਜਿਹੜੀ ਮੌਜੂਦਾ ਅਫਸਰਸ਼ਾਹੀ ਆ ਉਹੀ ਸਰਕਾਰ ਦੇ ਜਿਹੜੇ ਪੈਰ ਦੀ ਲੱਗਣ ਦੇ ਰਹੀ। ਪਰ ਇਸ ਦਾ ਕਾਰਨ ਸਾਫ਼ ਤੇ ਸਪਸ਼ਟ ਆ, ਪ੍ਰਭਾਵ ਜਿਹੜਾ ਉਹ ਪੰਜਾਬ ਤੇ ਅਮਨ ਤੇ ਕਾਨੂੰਨ ਦੀ ਸਥਿਤੀ ਤੇ ਪੈ ਰਿਹਾ ਕਿ ਜਿਹੜੀ ਦਿਨ ਬ ਦਿਨ ਚਰਬਰਾ ਰਹੀ ਆ। ਹੁਣ ਕੱਲ੍ਹ ਦਾ ਜਿਹੜਾ ਇਹ ਕਤਲ ਆ, ਇਹ ਬੜਾ ਮਹੱਤਵਪੂਰਨ ਪ੍ਰਸ਼ਨ ਛੱਡ ਕੇ ਜਾਂਦਾ। ਹੁਣ ਇਸ ਦਾ ਦੂਜਾ ਪੱਖ ਸੁਖਵਿੰਦਰ ਜੀ ਜਿਹੜੀ ਗੱਲ ਹੈਗੀ, ਆਨੰਦਪੁਰ ਸਾਹਿਬ ਦੇ ਵਿੱਚ ਇਹ ਬੰਦਾ ਮਾਰਿਆ ਜਾਂਦਾ, ਗੱਲ ਕੀ ਹੈ? ਗੱਲ ਇਹ ਕਹਿੰਦੇ ਸੀ ਉਸ ਬੰਦੇ ਨੇ ਡੱਕਿਆ ਕਿ ਹਾਂ ਵੀ ਤੁਸੀਂ ਆ ਜੀਪ ਜਿਹੜੀਆਂ ਖੁੱਲੀਆਂ ਲੰਡੀਆਂ ਜੀਪਾਂ ਲੈ ਕੇ ਤੁਰੇ ਫਿਰਦੇ ਜੇ, ਇਹਦੇ ਉੱਤੇ ਗਾਣੇ ਤੁਸੀਂ ਨਾ ਲਾਓ ਕਿਸੇ ਪਵਿੱਤਰ ਅਸਥਾਨ ਤੇ ਆਏ ਜੇ, ਜੋ ਪਤਾ ਲੱਗਾ ਮੁੱਢਲੀ ਜਾਣਕਾਰੀ। ਇਹ ਚੀਜ਼ ਨੂੰ ਲੈ ਕੇ ਝਗੜਾ ਹੁੰਦਾ, ਝਗੜਾ ਸੁਖਵਿੰਦਰ ਜੀ ਆਨੰਦਪੁਰ ਸਾਹਿਬ ਹੀ ਹੁੰਦਾ, ਮੰਡੀਰ ਜਿਹੜੀ ਹੈ ਮੱਛੀ ਮੰਡੀਰ ਹੀ ਆਪਾਂ ਮਕਾਵਾਂਗੇ, ਇਹੋ ਮੰਡੀਰ ਮਨੀਕਰਨ ਸਾਹਿਬ ਜਾ ਕੇ ਵੀ ਉੱਥੇ ਇਹੋ ਜਿਹਾ ਲਾਲਾ ਲਾਲਾ ਕਰਦੀ ਆ। ਜਦੋਂ ਫਿਰ ਅਗਲੇ ਬੰਦੇ ਪੈਂਦੇ ਆ, ਫਿਰ ਇਹ ਕਹਿ ਦਿੰਦੇ ਨੇ ਸਿੱਖੀ ਤੇ ਹਮਲਾ, ਪੰਥ ਤੇ ਹਮਲਾ। ਘੱਟ ਤੋਂ ਘੱਟ ਸੁਖਵਿੰਦਰ ਜੀ ਸਰਕਾਰਾਂ ਨੂੰ, ਤੇ ਦੂਜੇ ਪਾਸੇ ਸਾਡੀਆਂ ਧਾਰਮਿਕ ਜਥੇਬੰਦੀਆਂ ਨੂੰ, ਤੇ ਤੀਜੇ ਬੰਨੇ ਸਭ ਤੋਂ ਮਹੱਤਵਪੂਰਨ ਜਾਨ ਜਿਹੜੀ ਜ਼ਿੰਮੇਵਾਰੀ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨ ਹਰਪ੍ਰੀਤ ਸਿੰਘ ਹੋਣਾ ਦੀ ਬਣਦੀ ਕਿ ਘੱਟੋ ਘੱਟ ਕੋਈ ਅਜਿਹਾ ਹੁਕਮਨਾਮਾ ਉਹ ਜ਼ਰੂਰ ਜਾਰੀ ਕਰਨ ਕਿ ਜਦੋਂ ਤੁਸੀਂ ਕਿਸੇ ਧਾਰਮਿਕ ਸਥਾਨਾਂ ਤੇ ਜਾਣਾ, ਇਹ ਮੰਡੀਰ ਦੇ ਰੂਪ 'ਚ ਨਹੀਂ ਜਾਣਾ, ਇੱਕ ਸੱਚੇ ਸੁੱਚੇ ਸ਼ਰਧਾਲੂ ਦੇ ਰੂਪ 'ਚ ਜਾਓ। ਤੁਸੀਂ ਇਹਨਾਂ ਦਿਨਾਂ ਦੇ ਵਿੱਚ ਆਨੰਦਪੁਰ ਸਾਹਿਬ ਨੂੰ ਜਾਣ ਵਾਲੇ ਰੋਡ ਤੇ ਵੇਖ ਲਓ, ਟਰਾਲੀਆਂ ਟਰੱਕ ਜਿਹਨਾਂ ਵੱਡੇ ਵੱਡੇ ਡੈੱਕ ਲੱਗੇ ਨੇ ਰਸਤੇ 'ਚ, ਲੰਗਰਾਂ ਦੇ ਵਿੱਚ ਵੀ ਜਿਹੜੇ ਲੱਗੇ ਨੇ ਵੱਡੇ ਵੱਡੇ ਡੈੱਕ, ਜਿੱਥੇ ਪ੍ਰਭਾਵ ਪਾਉਂਦੇ ਨੇ, ਆਵਾਜਾਈ ਨੂੰ ਪ੍ਰਭਾਵਿਤ ਕਰਦੇ ਨੇ, ਉੱਥੇ ਆਮ ਬੰਦਾ ਗੱਲ ਨਹੀਂ ਸੁਖਵਿੰਦਰ ਜੀ ਕਰ ਸਕਦਾ। ਇਹ ਵਰਤਾਰਾ ਕੇਵਲ ਆਨੰਦਪੁਰ ਸਾਹਿਬ ਦੇ ਵਿੱਚ ਤੋਂ ਨਹੀਂ ਵਾਪਰਿਆ, ਜੋ ਕੁਝ ਮਨੀਕਰਨ ਦੇ ਸਾਹਿਬ ਵਿੱਚ ਹੋਇਆ ਉੱਥੇ ਵੀ ਇਹੋ ਵਰਤਾਰਾ ਵਾਪਰਿਆ, ਉਹਨਾਂ ਦੇ ਤੱਕ ਜਿਹੜੇ ਆਪੋ ਆਪਣੇ ਨੇ। ਸੋ ਸਰਕਾਰਾਂ ਨੂੰ ਅਸੀਂ ਕੋਸਦੇ ਹਾਂ ਕਿ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਆ ਕਿ ਹਾਂ ਭਈ ਇਸ ਚੀਜ਼ ਨੂੰ ਡੱਕਦੀ ਜਾਂ ਉੱਥੇ ਰੋਕਿਆ ਜਾਂਦਾ। ਪਰ ਸੁਖਵਿੰਦਰ ਜੀ, ਇਹੋ ਜਿਹੀ ਜਿਹੜੀ ਜ਼ਿੰਮੇਵਾਰੀ ਆ ਧਾਰਮਿਕ ਜਥੇਬੰਦੀਆਂ, ਦੂਜੇ ਪਾਸੇ ਸਾਡੇ ਧਾਰਮਿਕ ਆਗੂਆਂ ਨੂੰ ਚਾਹੀਦਾ ਕਿ ਇਸ ਗੱਲ ਦੇ ਉੱਤੇ ਉਹ ਕੋਈ ਨਿਰਦੇਸ਼ ਜਾਰੀ ਕਰਨ ਕਿ ਭਈ ਜੇ ਤੁਸੀਂ ਵਾਕਿਆ ਕਿਸੇ ਗੁਰਧਾਮ ਤੇ ਚੱਲੇ ਜੇ ਤਾਂ ਨਮਾਰਾ ਸ਼ਰਧਾਲੂ ਇੱਕ ਸ਼ਰਧਾਲੂ ਦੇ ਰੂਪ 'ਚ ਜਾਓ, ਨਾ ਕਿ ਇੱਕ ਹਮਲਾਵਰ ਦੇ ਰੂਪ 'ਚ ਜਾਂ ਫੋਕਰੀਆਂ ਮਾਰਨ ਦੇ ਮੂਡ 'ਚ ਜਾਓ। ਜੋ ਕੁਝ ਹੋ ਰਿਹਾ, ਚਾਹੇ ਉਹ ਹਿਮਾਚਲ ਦੇ ਮਣੀਕਰਨ 'ਚ ਹੋਇਆ ਤੇ ਚਾਹੇ ਉਹ ਕੱਲ ਆਨੰਦਪੁਰ ਸਾਹਿਬ ਵਿਖੇ ਹੋਇਆ, ਕਾਰਨ ਇਹ ਆ ਕਿ ਜਦੋਂ ਫਿਰ ਦੂਜੇ ਸੂਬਿਆਂ 'ਚ ਇਹ ਗੱਲ ਹੁੰਦੀ ਆ ਤਾਂ ਉਸ ਵੇਲੇ ਅਸੀਂ ਇਹ ਕਹਿ ਦਿੰਦੇ ਕਿ ਸਿੱਖੀ ਤੇ ਹਮਲਾ ਹੋ ਗਿਆ, ਇਹ ਹੋ ਗਿਆ, ਉਹ ਹੋ ਗਿਆ। ਜਿੰਨਾ ਚਿਰ ਤੱਕ ਜਾਪਦਾ ਆਪਣੇ ਆਪ ਤੇ ਸੁਖਵਿੰਦਰ ਜੀ ਲਾਗੂ ਨਹੀਂ ਕੀਤਾ ਜਾਵੇਗਾ, ਇਹੋ ਜਿਹੀਆਂ ਘਟਨਾਵਾਂ ਹੁੰਦੀਆਂ ਰਹਿਣਗੀਆਂ ਜਿਹੜੀਆਂ ਚਿੰਤਾ ਦਾ ਵਿਸ਼ਾ ਨੇ। ਸਰਕਾਰ ਨੂੰ ਤੇ ਚਾਹੀਦਾ ਕਿ ਇਹਦੇ ਸੰਬੰਧੀ ਕੋਈ ਠੋਸ ਕਦਮ ਉਠਾਵੇ, ਪਰ ਉਹਦੇ ਨਾਲ ਜ਼ਿੰਮੇਵਾਰੀ ਜਿਹੜੀ ਹੈ ਧਾਰਮਿਕ ਜਥੇਬੰਦੀਆਂ ਦੀ, ਪ੍ਰਬੰਧਕਾਂ ਦੀ ਆ ਕਿ ਇਹੋ ਜਿਹੀਆਂ ਚੀਜ਼ਾਂ ਤੇ ਸਖ਼ਤ ਤੌਰ ਤੇ ਬੈਨ ਲਾਇਆ ਜਾਵੇ ਕਿ ਤੁਸੀਂ ਸ਼ਰਧਾਲੂ ਦੇ ਰੂਪ 'ਚ ਆਓ, ਆਪਣੇ ਨਿੱਜੀ ਵਾਹਨ ਜੇ ਲਿਆਉਣੇ ਆਓ, ਪਰ ਟਰੱਕਾਂ ਟਰਾਲੀਆਂ ਤੇ ਜੇ ਆਉਂਦੇ ਸੀ ਉੱਥੇ ਡੈੱਕ ਲਾ ਕੇ, ਜਿਸ ਤਰੀਕੇ ਨਾਲ ਫੁਕਰਾਪੰਥੀ ਹੋਈ ਆ ਔਰ ਇਹ ਨੌਜਵਾਨ ਮਾਰਿਆ ਗਿਆ। ਸੁਖਵਿੰਦਰ ਜੀ, ਇਹ ਸਮੁੱਚੀ ਮਾਨਵਤਾ ਵਾਸਤੇ, ਸਿੱਖ ਪੰਥ ਵਾਸਤੇ ਤੇ ਸ਼ਰਮ ਦੀ ਗੱਲ ਹੈ ਹੀ ਹੈ, ਇਹ 'ਚ ਕੋਈ ਦੋ ਰਹਿਵਾਂ ਨਹੀਂ। ਪਰ ਸੁਖਵਿੰਦਰ ਜੀ, ਇਹ ਸਾਡੀ ਆਪਣੇ ਪ੍ਰਤੀ ਜ਼ਿੰਮੇਵਾਰੀ ਦੇ ਉੱਤੇ ਵੀ ਸ਼ਰਮ
ਪੈਦਾ ਕਰਦੇ ਨੇ ਕਿ ਅਸੀਂ ਕਿਸ ਹੱਦ ਤੱਕ ਵਿਗੜ ਚੁੱਕੇ ਹਾਂ ਜਾਂ ਕਿਸ ਹੱਦ ਤੱਕ ਅਸੀਂ ਸੁਹਿਰਦ ਹੈਗੇ ਹਾਂ ਆਪਣੇ ਧਾਰਮਿਕ ਸਥਾਨਾਂ ਦੀ ਯਾਤਰਾ ਕਰਨ ਦੇ ਸੰਬੰਧ ਵਿੱਚ। ਸੋ ਸਰਕਾਰ ਨੂੰ ਚਾਹੀਦਾ ਇਹਦੇ ਸੰਬੰਧੀ ਸਖ਼ਤ ਐਕਸ਼ਨ ਜਿਹੜਾ ਉਹ ਲਿਆ ਜਾਵੇ। ਜੀ ਬਿਲਕੁਲ। ਉੱਧਰ ਭਰਤਿੰਦਰ ਚਾਹ ਜਿਹੜੇ ਕੈਪਟਨ ਅਮਰਿੰਦਰ ਸਿੰਘ ਦੇ ਖਾਸਮ ਖਾਸ, ਉਹਨਾਂ ਨੂੰ ਕਹਿੰਦੇ ਇੱਕ ਸੰਮਣ ਜਾਰੀ ਕੀਤਾ ਗਿਆ ਹੈ ਆਮਦਨ ਤੋਂ ਵੱਧ ਜਾਇਦਾਦ ਦੇ ਮਸਲੇ ਦੇ ਵਿੱਚ, ਤੇ ਕਹਿੰਦੇ ਸੰਮਣ ਜਾਰੀ ਹੋਣ ਪਿੱਛੋਂ ਜਿਹੜੇ ਭਰਤਿੰਦਰ ਚਾਹ ਦੇ ਦਰਵਾਜ਼ੇ ਬੰਦ ਹੈ, ਤੇ ਕਾਫੀ ਕੁਛ ਜਿਹੜਾ ਹੋਰ ਵੀ ਸਾਹਮਣੇ ਆਇਆ, ਤੇ ਕੀ ਲੱਗਦਾ ਕਿ ਭਰਤਿੰਦਰ ਚਾਹ ਦੇ ਰਾਹੀਂ ਕੈਪਟਨ ਅਮਰਿੰਦਰ ਸਿੰਘ ਨੂੰ ਘੇਰਨ ਦੀ ਤਿਆਰੀ ਹੈ? ਸੁਖਵਿੰਦਰ ਜੀ, ਕੈਪਟਨ ਅਮਰਿੰਦਰ ਸਿੰਘ ਨੂੰ ਤਾਂ ਕਿਸ ਤਰੀਕੇ ਨਾਲ ਘੇਰਦਾ ਜਾਂ ਘੇਰਦਾ ਨਹੀਂ ਆ ਭਰਤਿੰਦਰ ਚਾਹਲ ਦੇ ਰਾਹੀਂ। ਇੱਕ ਪ੍ਰਸ਼ਨ ਜਿਹੜਾ ਹੋਰ ਚਰਚਾਵਾਂ ਜਿਹੜੀਆਂ ਸੁਖਵਿੰਦਰ ਜੀ ਬੜੀਆਂ ਗਰਮ ਨੇ, ਜਿਹਦੇ ਸੰਬੰਧੀ ਗੱਲ ਜ਼ਰੂਰ ਆਪਾਂ ਕਰ ਲਈਏ। ਜਿਸ ਦਿਨ ਦਾ ਆਮ ਆਦਮੀ ਪਾਰਟੀ ਦੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ CBI ਨੇ ਗ੍ਰਿਫਤਾਰ ਕੀਤਾ, ਉਦੋਂ ਤੋਂ ਇਹ ਪਤਾ ਲੱਗਾ ਕਿ ਉਸੇ ਤਰਜ ਤੇ ਪੰਜਾਬ ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆ, ਭਾਜਪਾ ਦੇ ਕਿਸੇ ਵੱਡੇ ਨੇਤਾ ਨੂੰ, ਖਾਸ ਤੌਰ ਤੇ ਉਹ ਜਿਹੜਾ ਕਾਂਗਰਸ ਨੂੰ ਛੱਡ ਕੇ ਭਾਜਪਾ 'ਚ ਸ਼ਾਮਿਲ ਹੋਇਆ, ਉਸ ਤਰੀਕੇ ਨਾਲ ਹੱਥ ਪਾਉਣ ਦੇ ਮੂਲ 'ਚ ਆ, ਉਹਦੀਆਂ ਯੋਜਨਾਵਾਂ ਤਿਆਰ ਜਿਹੜੀਆਂ ਹੋ ਰਹੀਆਂ ਨੇ, ਇਹ ਜੋ ਸੂਤਰਾਂ ਦੇ ਹਵਾਲੇ ਨਾਲ ਸਾਡੇ ਤੱਕ ਜਾਣਕਾਰੀ ਜਿਹੜੀ ਮਿਲੀ ਹੈਗੀ ਆ। ਹੁਣ ਜਿਹੜੀ ਚਾਹਲ ਨੇ ਭਰਤਿੰਦਰ ਚਾਹਲ ਕੈਪਟਨ ਅਮਰਿੰਦਰ ਸਿੰਘ ਦੇ 2002 ਤੇ 2007 ਦੇ ਵਿੱਚ ਵੀ ਜਿਹੋ ਜਿਹੀ ਦੀ ਭੂਮਿਕਾ ਰਹੀ ਆ ਸਾਰਿਆਂ ਲੋਕਾਂ ਨੂੰ ਪਤਾ, ਤੇ ਫਿਰ ਜਦੋਂ 2007 ਦੇ ਵਿੱਚ ਕੈਪਟਨ ਸਾਹਿਬ ਦੀ ਸਰਕਾਰ ਚਲੀ ਜਾਂਦੀ ਆ ਤੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਦੀ ਆ, ਤੇ ਫਿਰ ਜੋ ਭਰਤਿੰਦਰ ਚਾਹਲ ਨਾਲ ਪਟਿਆਲਾ ਜੇਲ੍ਹ ਦੇ ਵਿੱਚ ਹੋਇਆ ਸੁਖਵਿੰਦਰ ਜੀ, ਉਹ ਵੀ ਸਾਰਿਆਂ ਲੋਕਾਂ ਨੂੰ ਪਤਾ, ਤੇ ਪਤਾ ਕਹਿੰਦੇ ਭੁੱਬਾਂ ਵਾਰ ਵਾਰ ਕੇ ਇਹ ਬੰਦਾ ਅਦਾਲਤ 'ਚ ਰੋਇਆ ਸੀ, ਇਸ ਗੱਲ ਦਾ ਵੀ ਅਖਬਾਰਾਂ 'ਚ ਖਬਰਾਂ ਛਪੀਆਂ। ਤੇ ਹੁਣ 2017 ਤੋਂ ਲੈ ਕੇ 2022 ਦੀ ਸਰਕਾਰ ਦੇ ਵਿੱਚ ਵੀ ਭਰਤਿੰਦਰ ਚਾਹਲ ਦਾ ਉਹੋ ਜਿਹਾ ਦਬਦਬਾ ਰਿਹਾ ਜਿਹੋ ਜਿਹਾ 2002 ਦੇ ਵਿੱਚ ਸੀ, ਤੇ ਕਹਿੰਦੇ ਨੇ ਕਿ ਇਸ ਸਮੇਂ ਦੇ ਵਿੱਚ ਪਟਿਆਲੇ ਦੇ ਵਿੱਚ ਕੁਝ ਮਾਲ ਜਿਹੜੇ ਇਹਨਾਂ ਨੇ ਬਣਾਏ, ਤਾਂ ਉਹ ਜਿਹੜੇ ਮਾਲ ਜਿਹੜਾ ਬਣਾਇਆ ਉਹਦੇ ਸੰਬੰਧੀ ਵਿਜੀਲੈਂਸ ਨੇ ਜਿਹੜੀ ਜਾਂਚ ਜਿਹੜੀ ਬੀਤੇ ਪਿਛਲੇ ਸਮੇਂ ਤੋਂ ਉਹਨਾਂ ਨੇ ਸ਼ੁਰੂ ਕੀਤੀ ਸੀ, ਤਾਂ ਪਿੱਛੇ ਜੇ ਇਹ ਵੀ ਖਬਰਾਂ ਸੀ ਕਿ ਉਹਨਾਂ ਨੂੰ ਨੋਟਿਸ ਵੀ ਜਾਰੀ ਕੀਤਾ ਗਿਆ, ਤਾਂ ਹੁਣ ਬਕਾਇਦਾ ਤੌਰ ਤੇ ਉਹਨਾਂ ਨੂੰ ਵਿਜੀਲੈਂਸ ਨੇ ਤਲਬ ਜਿਹੜਾ ਕੀਤਾ, ਕਿਉਂਕਿ ਭਰਤਿੰਦਰ ਚਾਹਲ ਦੇ ਮਗਰ ਜਿਹੜਾ ਸ਼ਾਹੀ ਪਰਿਵਾਰ ਆ ਹਮੇਸ਼ਾ ਖਲੋਤਾ ਨਜ਼ਰ ਆਇਆ। ਹੁਣ ਇਹ ਵੇਖਣਾ ਹੋਵੇਗਾ ਕਿ ਜਿਹੜੀ ਖਬਰ ਮੈਂ ਇੱਕ ਪਹਿਲਾਂ ਡਿਸਕਸ ਕੀਤੀ ਆ, ਉਹ ਕੀ ਵਾਕਿਆ ਕੈਪਟਨ, ਜਿਸ ਤਰੀਕੇ ਨਾਲ ਤੁਸੀਂ ਸਥਿਤੀ ਬਿਆਨ ਕਰ ਰਹੇ ਜੇ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਹੱਥ ਪਾਇਆ ਜਾ ਸਕਦਾ, ਤਾਂ ਸੁਖਵਿੰਦਰ ਜੀ ਇਸ ਵੇਲੇ ਜਿਸ ਤਰੀਕੇ ਨਾਲ ਭਗਵੰਤ ਮਾਨ ਹੁਣੀ ਹਮਲਾਵਰ ਰੁੱਖ ਅਪਣਾ ਰਹੇ ਆ, ਔਰ ਜਿਸ ਤਰੀਕੇ ਨਾਲ ਵਿਧਾਨ ਸਭਾ 'ਚ ਉਹਨਾਂ ਦਾ ਰੂਪ ਨਜ਼ਰ ਆ ਰਿਹਾ, ਤੇ ਜਿਸ ਤਰੀਕੇ ਨਾਲ ਦਿੱਲੀ 'ਚ ਮਨੀਸ਼ ਸਿਸੋਦੀਆ ਕਰਕੇ ਉੱਥੇ ਇਹਨਾਂ ਦੀ ਕਿਰਕਰੀ ਹੋਈ ਆ, ਸੁਖਵਿੰਦਰ ਜੀ ਹੋ ਸਕਦਾ ਕਿ ਆਉਂਦਿਆਂ ਦਿਨਾਂ 'ਚ ਕੈਪਟਨ ਅਮਰਿੰਦਰ ਸਿੰਘ ਵੱਲ ਹੀ ਇਹ ਜਿਹੜੇ ਹੱਥ ਜਿਹੜੇ ਕਿਸੇ ਨਾ ਕਿਸੇ ਤਰੀਕੇ ਨਾਲ ਵੱਧ ਰਹੇ ਹੋਣ, ਪਰ ਇੰਨਾ ਸੌਖਾ ਸੁਖਵਿੰਦਰ ਜੀ ਮੌਜੂਦਾ ਆਮ ਆਦਮੀ ਪਾਰਟੀ ਵਾਸਤੇ ਲੱਗਦਾ ਨਹੀਂ ਕਿ ਇੰਨੀ ਛੇਤੀ ਉਹ ਹੱਥ ਪਾ ਲੈਣਗੇ, ਪਰ ਉਹ ਕੁਝ ਨਾ ਕੁਝ ਕਰ ਦੇਗੇ ਕੁਝ ਅਜਿਹਾ ਜ਼ਰੂਰ, ਜਿਹਦੇ ਨਾਲ ਮਨੀਸ਼ ਸਿਸੋਦੀਆ ਦੀ ਜਿਹੜੀ ਧਮਕ ਆ ਉਹ ਉੱਥੋਂ ਤੱਕ ਹੀ ਰਹੇ, ਤੇ ਪੰਜਾਬ 'ਚ ਜਿਹੜੀ ਪੈਂਦੀ ਧਮਕ ਆ ਭਾਜਪਾ ਦੇ ਕੰਨਾਂ ਤੱਕ ਜ਼ਰੂਰ ਜਾਵੇ। ਜੀ ਬਿਲਕੁਲ ਰਣਜੀਤ ਸਾਹਿਬ, ਤੁਸੀਂ ਸਾਡੇ ਨਾਲ ਪ੍ਰੋਗਰਾਮ 'ਚ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ। ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ ਜਿਨ੍ਹਾਂ ਦੇ ਵੱਲੋਂ ਇਹਨਾਂ ਖਬਰਾਂ ਤੇ ਸਾਡੇ ਨਾਲ ਚਰਚਾ ਕੀਤੀ ਗਈ, ਉਮੀਦ ਕਰਦੇ ਹਾਂ ਕਿ ਅਣਖੀ ਸਾਹਿਬ ਨਾਲ ਕੀਤੀ ਗੱਲਬਾਤ ਤੁਹਾਨੂੰ ਪਸੰਦ ਆਈ ਹੋਊ। ਦੁਬਾਰਾ ਫਿਰ ਮਿਲਾਂਗੇ, ਧੰਨਵਾਦ।